ਮਾਇਆ ਮਾਇਆ ਪੈਸੇ ਨੂੰ ਤਾਂ ਨਹੀਂ ਆਖਿਆ ਸਾਜ ਸੰਗਤ ਮਾਇਆ ਦੁਖਦਾਈ ਹੈ ਪਰ ਜੇ ਪੈਰੇ ਕੰਮ ਕਰਾਵੇ ਮਾਇਆ ਨਾਲ ਚੰਗੇ ਕੰਮ ਵੀ ਹੁੰਦੇ ਸੀ ਇਸ ਯਾਤਰਾ ਕਰਨੀ ਹੋਵੇ ਬਿਨਾਂ ਮਾਇਆ ਤਾਂ ਹੁੰਦੀ ਹੈ ਬਾਈ ਕੜਾਹ ਪ੍ਰਸਾਦ ਕਰਨਾ ਹੋਵੇ ਮਾਇਆ ਬਿਨਾਂ ਕਿਵੇਂ ਕਰ ਲਏਗਾ ਅਖੰਡ ਪਾਠ ਰੱਖਣਾ ਹੋਵੇ ਬਿਨਾਂ ਮਾਇਆ ਤੋਂ ਕਿਵੇਂ ਕਰ ਲਏਗਾ ਮਾਇਆ ਹੈ ਦੋ ਭਾਂਤ ਕੀ ਦੋ ਚਲਾਵੇ ਰਾਹ ਇੱਕ ਲਿਜਾਵੇ ਨਰਕ ਕੋ ਤੇ ਇੱਕ ਆਰਾਮ ਮਿਲਾ ਇੱਕ ਰੱਬ ਮਿਲਾਉਂਦੀ ਹੈ ਇੱਕ ਨਰਕ ਵਿੱਚ ਪਾਉਂਦੀ ਮਾਇਆ ਨਾਲੋਂ ਜੋ ਮੰਦਾ ਹੈ ਉਹ ਕੌਣ ਹੈ ਉਹ ਹੈ ਮਾਨ ਜੇ ਉਹ ਨਹੀਂ ਤਿਆਗਿਆ ਤਾਂ ਮਾਇਆ ਤਿਆਗੀ ਕਿਆ ਜੀ ਉੱਥੇ ਮਾਇਆ ਨਹੀਂ ਚੜਦੀ ਉਹ ਬੜੇ ਲੋਕਾਂ ਨਹੀਂ ਚੜਦੀ ਨਾ ਸਹੀ ਪਰ ਜਰਾ ਫੋਲ ਕੇ ਵੇਖੋ ਮਾਨ ਚੜਦਾ ਕਿ ਕੋਈ ਜੇ ਮਾਨ ਚੜਾਵਾ ਚੜ ਰਿਹਾ ਹੈ ਤਾਂ ਫਿਰ ਮਾਇਆ ਦੀ ਕੀ ਗੱਲ ਹੈ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਾ ਜਾਏ ਮਾਨ ਮੁਨੀ ਮੁਨ ਵਰ ਗਲੇ ਮਾਨ ਸਭੀ ਕੋ ਮਾਇਆ ਤਾਂ ਦੋ ਭਾਂਤ ਦੀ ਹੈ ਮਾਇਆ ਨਾਲ ਚੰਗਾ ਕੰਮ ਵੀ ਕਰ ਸਕਣਾ ਮਾਨ ਨਾਲ ਕਿਹੜਾ ਚੰਗਾ ਕਰ ਲਏਗਾ ਮਾਨ ਮੁਨੀ ਮੁਨ ਵਰ ਗਲੇ ਮਾਨ ਸਭੀ ਕੋ ਖਾਏ ਇਹ ਮਾਨ ਭਾਵੇਂ ਸੱਚਾ ਵੀ ਹੋਵੇ ਮਾਨ ਜਿਸ ਦਾ ਮਿੱਤਰ ਤਪੱਸਿਆ ਕਰ ਰਿਹਾ ਸੀ ਇੰਦਰ ਨੇ ਅਪਸਰਾਂ ਭੇਜੀਆਂ ਉਹਨਾਂ ਨੇ ਨਾਚ ਕੀਤੇ ਨੱਤੀਆਂ ਆਸੇ ਪਾਸੇ ਜੁਰਮ ਟਪਾ ਕੇ ਜਿਸਦਾ ਮਿੱਤਰ ਨੇ ਅੱਖ ਨਾ ਖੋਲੀ ਜਿਸਦਾ ਮਨ ਨਹੀਂ ਦੋਲਿਆ ਜਿਸ ਵੇਲੇ ਉਹ ਹਾਰ ਕੇ ਚਲੀਆਂ ਗਈਆਂ ਇਸ ਦੀ ਅੱਖ ਖੁੱਲੀ ਔਰ ਅੰਦਰ ਫੁਰਿਆ ਮੇਰੇ ਜੈਸਾ ਕੌਣ ਹੈ ਅਪਸਰਾਂ ਨਾਚ ਕਰ ਗਈਆਂ ਮੈਂ ਅੱਖ ਨਹੀਂ ਖੋਲੀ ਮੇਰਾ ਮਨ ਨਹੀਂ ਦੋਲਿਆ ਸਾਧ ਸੰਗਤ ਇਹ ਮਾਇਆ ਤੇ ਤਾਂ ਨਹੀਂ ਭੁੱਲਿਆ ਮਾਇਆ ਨੂੰ ਤਾਂ ਤਿਆਗ ਚੁੱਕਾ ਪਰ ਮਾਨ ਮਾਨ ਕੋਈ ਬਾਹਰੋਂ ਤੇ ਨਹੀਂ ਆਉਣਾ ਅੰਦਰੋਂ ਹੀ ਸੁਣਿਆ ਨਾ ਬਾਈ ਉਗ ਪਿਆ ਬੂਟਾ ਮਾਨ ਦਾ ਮੇਰੇ ਜੈਸਾ ਕੌਣ ਹੈ ਜਿਸ ਵੇਲੇ ਗਿਆ ਆਪਣੇ ਪਿਤਾ ਦੇ ਪਾਸ ਬ੍ਰਹਮਾ ਦੇ ਪਾਸ ਨਾਰਦ ਨਾਰਦ ਨੂੰ ਅਭਿਮਾਨ ਹੋ ਗਿਆ ਮੇਰੇ ਜੈਸਾ ਕੌਣ ਹੈ ਸਾਸਿਰ ਬੋਲੋ ਸ੍ਰੀ ਵਾਹਿਗੁਰੂ ਗਿਆ ਆਪਣੇ ਪਿਤਾ ਦੇ ਪਾਸ ਪਿਤਾ ਜੀ ਕੋਈ ਹੈ ਸੰਸਾਰ ਵਿੱਚ ਆਖਿਆ ਪੁੱਤਰ ਇਹ ਮਾਨ ਮੁਨੀ ਮੁਨ ਵਰ ਗਲੇ ਤੇ ਤੇਰੇ ਅੰਦਰ ਪੈਦਾ ਹੋ ਗਿਆ ਮੇਰੇ ਜੈਸਾ ਕੋਈ ਨਹੀਂ ਇਹ ਗੱਲ ਨਾ ਕਹੋ ਪਰ ਜੇ ਮੇਰੇ ਕੋਲ ਆਖ ਬੈਠੇ ਤਾਂ ਕਿਤੇ ਸ਼ਿਵ ਜੀ ਅੱਗੇ ਨਾ ਆਖ ਬੈ ਕਿਉਂਕਿ ਹਰ ਜੀ ਹੰਕਾਰ ਨਾ ਭਾਵੇ ਹੋਰ ਕੋਈ ਵੀ ਉਹਨਾਂ ਨੇ ਚੀਜ਼ ਨਹੀਂ ਆਖੀ ਬਈ ਮੈਨੂੰ ਨਹੀਂ ਭਾਉਂਦੀ ਇੱਕ ਹੰਕਾਰ ਆਖਿਆ ਮੈਨੂੰ ਨਹੀਂ ਭਾਉਂਦਾ ਕਿਉਂਕਿ ਹੰਕਾਰੀ ਰੱਬ ਦਾ ਸ਼ਰੀਕ ਬਣ ਜਾਂਦਾ ਜੇ ਉਹਨੂੰ ਆਪਣਾ ਸ਼ਰੀਕ ਨਹੀਂ ਬਣਾਉਂਦਾ ਉਹ ਵਾਹਿਗੁਰੂ ਦਾ ਸ਼ਰੀਕ ਹੈ ਪਰ ਨਰਦ ਨੇ ਆਖਿਆ ਸੱਚੀ ਗੱਲ ਨੂੰ ਕੀ ਛੁਪਾਉਣਾ ਪਿਤਾ ਜੀ ਮੈਂ ਕੋਈ ਝੂਠ ਬੋਲ ਰਿਹਾ ਨਹੀਂ ਪੁੱਤਰ ਤੂੰ ਝੂਠ ਨਹੀਂ ਬੋਲ ਰਿਹਾ ਸੱਚ ਕਹਿ ਰਹੇ ਜੋ ਕੁਝ ਕਹਿ ਰਹੇ ਸੋਲਾ ਨੇ ਠੀਕ ਹੈ ਪਰ ਤੈਨੂੰ ਇਹ ਕਹਿਣਾ ਨਹੀਂ ਚਾਹੀਦਾ ਇਹ ਗੱਲ ਕਹਿਣੀ ਮੰਦੀ ਹੈ ਕੋਈ ਹਉਮੈਂ ਕਰਦਾ ਹੋਵੇ ਤਾਂ ਇਹ ਨੀ ਸਮਝ ਲਓ ਵੀ ਚੱਕਰਵਰਤੀ ਪਾਤਸ਼ਾਹ ਜਿਵੇਂ ਗੰਦਗੀ ਦਾ ਟੋਕਰਾ ਸਿਰ ਤੇ ਚੁੱਕ ਲਵੇ ਆਖੇ ਇਹ ਕੰਮ ਮੈਲਾ ਹੈ ਜੋ ਤੂੰ ਕਰ ਰਹੇ ਪੁੱਤਰ ਹੈ ਭਾਵੇਂ ਸੱਚਾ ਜੋ ਕੁਝ ਕਹਿ ਰਹੇ ਸੱਚ ਹੈ ਪਰ ਤੈਨੂੰ ਕਹਿਣਾ ਨਹੀਂ ਬਣਦਾ ਪਰ ਇਹਨੂੰ ਇੱਕ ਨਾ ਲੱਗੀ ਇਹਨੇ ਆਖਿਆ ਜਦ ਸੱਚ ਹੈ ਤੇ ਫਿਰ ਕਿਉਂ ਨਾ ਕਹੀਏ ਰੁਕਦੇ ਨੇ ਸ਼ਿਵਜੀ ਕੋਲ ਨਾ ਕਹੀ ਮੈਂ ਸਿੱਧਾ ਸ਼ਿਵਜੀ ਕੋਲ ਹੀ ਜਾਵਾਂਗਾ ਉਹ ਨਾਰਦ ਸ਼ਿਵ ਜੀ ਦੇ ਪਾਸ ਆਇਆ ਸ਼ਿਵਾ ਨੇ ਕੋਲ ਬਿਠਾਇਆ ਆਓ ਨਾਰਦ ਐਸ ਪਹਿਲੇ ਮਹਾਰਾਜ ਤੁਸੀਂ ਤੇ ਤ੍ਰਿਕਾਲਦਰਸ਼ੀ ਹੋ ਤੁਹਾਡੀ ਤੇ ਅੱਖ ਤਿੰਨਾਂ ਲੋਕਾਂ ਵਿੱਚ ਵੇਖਦੀ ਹੈ ਕੋਈ ਵੇਖੋ ਮੇਰੇ ਜੈਸਾ ਵੀ ਹੈ ਅਪਸਰਾਂ ਜੀ ਦੇ ਆਲੇ ਦੁਆਲੇ ਨਾਚ ਕਰਦੀਆਂ ਹੋਣ ਔਰ ਮਨ ਨਾ ਡੋਲਿਆ ਹੋਵੇ ਹੱਸੇ ਸ਼ਿਵ ਜੀ ਕਹਿਣ ਲੱਗੇ ਨਾਰਦ ਮਨ ਡੋਲ ਜਾਂਦਾ ਤਾਂ ਚੰਗਾ ਸੀ ਉਹ ਜਾਣੇ ਪਰ ਅਹੰਕਾਰ ਨਾ ਆਉਂਦਾ ਉਸ ਤੋਂ ਵੀ ਬਹਿਰਾ ਹੈ ਪਰ ਤੂੰ ਮੇਰੇ ਅੱਗੇ ਗੱਲ ਕੀਤੀ ਹੈ ਕਿਤੇ ਵਿਸ਼ਨੂੰ ਅੱਗੇ ਨਾ ਕਰ ਬਈ ਨਰਦ ਨੇ ਆਖਿਆ ਵਿਸ਼ਨੂੰ ਨੂੰ ਵੀ ਕਰਾਂਗਾ ਕਿਉਂ ਨਾ ਕਰ ਗੱਲ ਕੋਈ ਝੂਠੀ ਤਾਂ ਨਹੀਂ ਵਿਸ਼ਨੂੰ ਦੇ ਕੁੱਲ ਪਹੁੰਚਿਆ ਕਿਉਂ ਮਹਾਰਾਜ ਕੋਈ ਦੇਖਿਆ ਜੇ ਮੇਰੇ ਜੈਸਾ ਕਹਿਣ ਲੱਗੇ ਨਰਦ ਸੱਚਮੁੱਚ ਤੇਰੇ ਜੈਸਾ ਕੋਈ ਨਹੀਂ ਦੇਖਿਆ ਤੂੰ ਬੜੀ ਤਪੱਸਿਆ ਕੀਤੀ ਹੈ ਵਾਹ ਬਈ ਜਿਤਨਾ ਤੈਨੂੰ ਸਲਾਈ ਹੈ ਉਤਨਾ ਥੋੜਾ ਹੈ ਨਾਰਦ ਤਾਂ ਕੁੱਪਾ ਹੋ ਗਿਆ ਪੁੱਲ ਕੇ
ਆਪਣੀ ਉਪਮਾ ਸੁਣ ਕੇ ਇਹ ਮਨ ਬੜਾ ਫੈੜਾ ਤੇ ਫਿਰ ਅਸਲੇ ਤੋਂ ਉਖੜ ਜਾਂਦਾ ਇਹਦਾ ਪੈਰ ਜਦ ਵੀ ਤਿਲਕਿਆ ਮਾਨ ਕਰਕੇ ਤਿਲਕਿਆ ਤਾਂ ਹੀ ਸਹਿਬਾਤਿਨ ਮਾਨ ਮੁਨੀ ਮੁਨ ਵਰਗਲੇ ਮਾਨ ਸਭੀ ਕੋ ਖਾਏ ਮਾਨ ਖਾ ਜਾਂਦਾ ਬੰਦੇ ਦੀ ਕੀਤੀ ਕਮਾਈ ਨੂੰ ਜਿਸ ਵੇਲੇ ਵਿਦਾ ਕੀਤਾ ਤਾਂ ਸੋਚੀ ਪੈ ਗਏ ਭਗਵਾਨ ਵਿੱਚ ਨੂੰ ਇਸਦੇ ਅੰਦਰ ਮਾਨ ਦਾ ਬੂਟਾ ਉੱਗ ਪਿਆ ਕਿਵੇਂ ਮੁੱਢੋਂ ਪੁੱਟੀਏ ਸਨ ਜੇ ਜੜ ਪਕੜ ਗਿਆ ਤੇ ਨਰਕ ਨੂੰ ਜਾਏਗਾ ਉੱਧਰ ਨਰਦ ਪਿਆ ਜਾਂਦਾ ਹੈ ਆਪਣੇ ਮਾਇਆ ਰਚੀ ਅੱਗੇ ਇੱਕ ਸ਼ਹਿਰ ਆ ਗਿਆ ਨਰਦ ਨੇ ਸੋਚਿਆ ਇਹ ਤਾਂ ਨਵਾਂ ਹੀ ਸ਼ਹਿਰ ਵੇਖਿਆ ਅੱਗੇ ਕਦੇ ਨੀ ਵੇਖਿਆ ਚਲੋ ਜਰਾ ਕੁ ਸੈਰ ਕਰੀਏ ਸੈਰ ਕਰਦਾ ਕਰਦਾ ਰਾਜੇ ਦੇ ਬਾਗ ਵਿੱਚ ਗਿਆ ਅੱਗੇ ਰਾਜਾ ਬੈਠਾ ਨਰਦ ਨੂੰ ਜਿਸ ਵੇਲੇ ਵੇਖਿਆ ਆਓ ਰਾਜੇ ਆਓ ਨਰਦ ਮਹਾਰਾਜ ਤੁਸੀਂ ਪੈ ਗਈ ਜੱਫੀ ਉਹ ਰਾਜਾ ਜਾਣ ਕੇ ਸਤਿਕਾਰ ਕਰਦੇ ਉਹ ਰਿਸ਼ੀ ਜਾਣ ਕੇ ਪਿਆਰ ਕਰ ਰਿਹਾ ਕੌਣ ਬਿਠਾਇਆ ਜਿਸ ਵੇਲੇ ਤੇ ਬੇਨਤੀ ਸੀ ਭਗਵਾਨ ਚੰਗੇ ਵੇਲੇ ਆ ਗਏ ਹੋ ਮੈਂ ਪਿਆ ਸੋਚਦਾ ਸਾਂ ਕੋਈ ਮਹਾਂਪੁਰਖ ਮਿਲੇ ਕਿਉਂ ਰਾਜਨ ਕੀ ਕਾਰਜ ਹੈ ਅਖੇ ਮਹਾਰਾਜ ਕਾਰਜ ਇੱਕ ਹੈ ਲੜਕੀ ਮੇਰੀ ਜਵਾਨ ਹੈ ਤੇ ਮੈਂ ਹੁਣ ਇਸਦੇ ਹੱਥ ਪੀਲੇ ਕਰਨੇ ਚਾਹੁੰਦਾ ਕਿਸੇ ਤਰ੍ਹਾਂ ਇਹ ਪਾਰਾ ਸਿਰ ਉਤਰੇ ਮੈਂ ਚਿੰਤਾ ਵਿੱਚ ਸਾਂ ਖਬਰ ਨਹੀਂ ਇਹ ਲੜਕੀ ਕਿੱਥੇ ਜਾਏ ਤੁਸੀਂ ਆ ਗਏ ਹੋ ਜਰਾ ਹੱਥ ਤਾਂ ਵੇਖੋ ਇਸਦਾ ਤੁਸੀਂ ਰੇਖਾ ਜਾਣਦੇ ਹੋ ਨਰਦ ਨੇ ਆਖਿਆ ਜਾਣਦਾ ਬੁਲਾਓ ਲੜਕੀ ਲੜਕੀ ਜਿਸ ਵੇਲੇ ਆਈ ਤੇ ਐਡੀ ਸੁੰਦਰ ਵੇਖਦਿਆਂ ਮਨ ਮੋਇਆ ਗਿਆ ਜਾਂ ਤੇ ਕਹਿ ਆਇਆ ਸੀ ਮੈਂ ਅੱਖ ਨਾ ਖੋਲੀ ਮੈਂ ਤੱਕਿਆ ਨਾ ਤੇ ਜੇ ਫਿਸਲਿਆ ਮਨ ਤੇ ਕਿੱਥੇ ਫਿਸਲ ਗਿਆ ਤੇ ਜਿਸ ਵੇਲੇ ਹੱਥ ਫੜ ਕੇ ਲੱਗਾ ਵੇਖਣ ਤੇ ਰੇਖਾ ਦਾ ਲਾਇਆ ਹਿਸਾਬ ਤੇ ਰੇਖਾ ਨੇ ਦੱਸਿਆ ਕਿ ਇਹਦੀ ਸ਼ਾਦੀ ਤਾਂ ਭਗਵਾਨ ਵਿਸ਼ਨੂੰ ਨਾਲ ਹੋਣੀ ਨਰਦ ਨੇ ਆਖਿਆ ਕੋਈ ਕਰਾਂ ਤਦਵੀਰ ਮੇਰਾ ਵਿਆਹ ਹੋ ਜਾਏ ਇਹਦੇ ਨਾਲ ਤੇ ਫਿਰ ਮੈਂ ਹੀ ਵਿਸ਼ਨੂੰ ਬਣ ਗਿਆ ਰਾਜਨ ਤੇਰਾ ਵਿਚਾਰ ਕੀ ਹੈ ਕਿਸੇ ਲੜ ਲਾਏਗਾ ਰਾਜੇ ਨੇ ਆਖਿਆ ਜੀ ਜਿਵੇਂ ਸਾਡੇ ਘਰ ਦੀ ਮਰਿਆਦਾ ਹੈ ਸੁਅੰਬਰ ਹੋਵੇਗਾ ਰਾਜੇ ਮਹਾਰਾਜੇ ਰਾਜਕੁਮਾਰ ਆਉਣਗੇ ਜਿਸਦੇ ਗੱਲ ਇਹ ਹਾਰ ਪਾ ਦੇਵੇਗੀ ਉਸੇ ਦੇ ਲੜ ਲੱਗ ਗਈ ਤਾਂ ਨਰਦ ਨੇ ਸੋਚਿਆ ਖੂਬ ਪਰ ਮੈਂ ਬੁੱਢੜੇ ਦੀ ਗੱਲ ਤਾਂ ਇਸਨੇ ਹਾਰ ਪਾਉਣਾ ਨਹੀਂ ਐ ਸਮੂਹ ਨਾਲ ਤਾਂ ਇਸਨੇ ਮੈਨੂੰ ਵਰਨਾ ਨਹੀਂ ਹੋਵੇ ਤਾਂ ਮੈਂ ਭਗਵਾਨ ਵਿਸ਼ਨੂੰ ਕੋਲੋਂ ਆਪਣਾ ਮੂੰਹ ਬਦਲਾ ਲਿਆਵਾਂ ਤੋ ਫਿਰ ਗਿਆ ਵਿਸ਼ਨਪੁਰੀ ਵਿੱਚ ਆਓ ਨਰਦ ਫਿਰ ਆਇਓ ਉਹਨੇ ਆਖਿਆ ਹਾਂ ਮਹਾਰਾਜ ਕੁਝ ਥੋੜੇ ਚਿਰ ਵਾਸਤੇ ਮੈਨੂੰ ਆਪਣਾ ਸਰੂਪ ਬਖਸ਼ ਕਿਉਂ ਨਰਦ ਕੀ ਲੋੜ ਪੈ ਗਈ ਬਸ ਮਹਾਰਾਜ ਪੁੱਛੋ ਕੁਝ ਨਾ ਆ ਕੇ ਦੱਸਾਂਗਾ ਔਰ ਜਦ ਆਵਾਂਗਾ ਤੇ ਇਕੱਲਾ ਨਹੀਂ ਆਵਾਂਗਾ ਦੋ ਆਵਾਂਗੇ ਮਨ ਵਿੱਚ ਧਾਰ ਲਈ ਪੱਕੀ ਬਈ ਜੇ ਵਿਸ਼ਨੂੰ ਭਗਵਾਨ ਨੇ ਰੂਪ ਦੇ ਦਿੱਤਾ ਮਾਲਾ ਤੇ ਫਿਰ ਮੇਰੇ ਗੱਲ ਹੀ ਪੈਣੀ ਤੇ ਫਿਰ ਇਹ ਰੂਪ ਮੇਰਾ ਹੀ ਹੋ ਜਾਣਾ ਮੈਂ ਹੀ ਵਿਸ਼ਨੂੰ ਬਣ ਜਾਣਾ ਮਹਾਰਾਜ ਆ ਕੇ ਤੁਹਾਨੂੰ ਦੱਸਾਂਗਾ ਪਰ ਇਸ ਵੇਲੇ ਕਿਰਪਾ ਕਰੋ ਆ ਕੁਛ ਦਿਨਾਂ ਵਾਸਤੇ ਮੈਨੂੰ ਆਪਣਾ ਰੂਪ ਦੇ ਦਿਓ ਅੱਛਾ ਨਰਦ ਲੈ ਜਾ ਮੇਰਾ ਰੂਪ ਨਰਦ ਨੇ ਸ਼ੀਸ਼ਾ ਵੇਖਿਆ ਸੱਚਮੁੱਚ ਰੂਪ ਵਿਸ਼ਨੂੰ ਦਾ ਬੜਾ ਪ੍ਰਸੰਨ ਹੋਇਆ ਬੜਾ ਗਦਗਦ ਹੋਇਆ ਹੁਣ ਕੰਮ ਬਣ ਗਿਆ ਮੇਰਾ ਜਿਸ ਵੇਲੇ ਉਹ ਸੁੰਦਰ ਦਾ ਦਿਨ ਆਇਆ ਰਾਜੇ ਮਹਾਰਾਜੇ ਰਾਜਕੁਮਾਰ ਸਾਰੇ ਆਣ ਬੈਠੇ ਸਭਾ ਵਿੱਚ ਤੇ ਉਹ ਰਾਜਕੰਨਿਆ ਲੈ ਕੇ ਫੁੱਲਾਂ ਦੀ ਮਾਲਾ ਤੇ ਹੁਣ ਫਿਰ ਰਹੀ ਆ ਨਰਦ ਸਭ ਤੋਂ ਪਹਿਲੀ ਕੁਰਸੀ ਤੇ ਬੈਠਾ ਸੀ ਬਈ ਇਹਨੂੰ ਅਗਾਂਹ ਜਾਣਾ ਹੀ ਨਾ ਪਵੇ ਕਿਉਂਕਿ ਹਰ ਤਾਂ ਮੇਰੇ ਹੀ ਗੱਲ ਪੈਣ ਜਿਸ ਵੇਲੇ ਨਰਦ ਕੁਰਸੀ ਤੇ ਬੈਠਾ ਤਾਂ ਭਗਵਾਨ ਨੇ ਆਪਣਾ ਰੂਪ ਦਿੱਤਾ ਸੀ ਨਾ ਨਰਦ ਨੂੰ ਉਹਨੇ ਸ਼ੀਸ਼ੇ ਵਿੱਚ ਵੀ ਵੇਖ ਕੇ ਕਰ ਲਈ ਤਸੱਲੀ ਪਰ ਭਗਵਾਨ ਨੇ ਰੂਪ ਬਦਲਾ ਦਿੱਤਾ ਆਪਣਾ ਰੂਪ ਲੈ ਲਿਆ ਨਰਦ ਕੋਲੋਂ ਤੇ ਨਰਦ ਦੇ ਮੂੰਹ ਨੂੰ ਬਾਂਦਰ ਦਾ ਬਣਾ ਦਿੱਤਾ ਇਹਨੂੰ ਹੁਣ ਪਤਾ ਕੋਈ ਨੀ ਇਹ ਭੁਲੇਖੇ ਵਿੱਚ ਆ ਵੀ ਮੈਂ ਬੜਾ ਸੋਹਣਾ ਮੇਰਾ ਬੜਾ ਸੁੰਦਰ ਸਰੂਪ ਹੈ ਪਹਿਲੀ ਕੁਰਸੀ ਤੇ ਬੈਠਾ ਜਿਸ ਵੇਲੇ ਆਈ ਤੇ ਇਹਨੇ ਆਪਣਾ ਮੂੰਹ ਅੱਗੇ ਕਰ ਦਿੱਤਾ ਬਈ ਪਾ ਲੈ ਉਹ ਹੱਸ ਕੇ ਅਗਾਂਹ ਲੰਘ ਗਈ ਨਰਦ ਨੇ ਸੋਚਿਆ ਸ਼ਾਇਦ ਇਹਦੀ ਨਜ਼ਰ ਕਮਜ਼ੋਰ ਹੈ ਇਹਨੇ ਮੈਨੂੰ ਦੇਖਿਆ ਨਹੀਂ ਅਗਾਂਹ ਤੁਰ ਗਈ ਆ ਕਿਸੇ ਖਿਆਲ ਵਿੱਚ ਹੋਏਗੀ ਉਹ ਆਪਣੀ ਕੁਰਸੀ ਛੱਡ ਕੇ ਪੰਜ ਸੱਤ ਕੁਰਸੀਆਂ ਅੱਗੇ ਜਾ ਬੈਠਾ ਜਿਸ ਵੇਲੇ ਉਹ ਉੱਥੇ ਆਈ ਤੇ ਇਹਨੇ ਬੂਥੀ ਮੁੜ ਗੱਲ ਕੀਤੀ ਉਹ ਫਿਰ ਹੱਸ ਕੇ ਅਗਾਂਹ ਲੰਘ ਗਈ ਸੋਚਦਾ ਇਹਨੂੰ ਹੋ ਕੀ ਗਈ ਹੈ ਮੇਰੇ ਨਾਲੋਂ ਕੋਈ ਸੋਹਣਾ ਬੈਠਾ ਇੱਥੇ ਪਰ ਉਹ ਫਿਰਦੀ ਫਿਰਦੀ ਜਿਵੇਂ ਜਿਵੇਂ ਅਗਾਂਹ ਜਾਏ ਨਰਦ ਭੱਜ ਭੱਜ ਕੇ ਅੱਗੇ ਹੁੰਦਾ ਜਾਏ ਹੱਸ ਕੇ ਅਗਾਂਹ ਤੁਰ ਜਾਏ ਆਖੀਰਲੀ ਕੁਰਸੀ ਤੇ ਭਗਵਾਨ ਵਿਸ਼ਨੂੰ ਬੈਠੇ ਸਨ ਉਹਨੇ ਜਾ ਕੇ ਹਾਰ ਪਾ ਦਿੱਤਾ ਜਿਸ ਵੇਲੇ ਇਹਨੇ ਹਾਰ ਪਾਇਆ ਤੇ ਆਖਿਆ ਮਹਾਰਾਜ ਤੁਸੀਂ
اے رکتا تو سا مینو دیتا سی آکھن لگے میری صلاح بدل گئی سی میں بھئی اپنا روپ لے لیا سی تے مینو اکھے تو اپنا ہن ویکھ لے جا انہیں ویکھیا تے منہ بندر دا پھر تو کروھ وچ آ گیا گسے وچ آ گیا تے کہن لگا میرے نال چھل کیتی مری سبا وچ مینو تو لجت کیتا شرمسار ہاں نر تیرے اندر اوان آ گیا سی میں ایڈی کمائی کیتی ہے پچھڑا ناچ کیتا میں اکھ نہ کھولی میں تینوں یہ دکھانا چاہتا تھا تو کون ہے کی چیز ہے کس گل تے مان کر رہے ہیں جے کیتے ہی مان تے ورزا ہونا قائم ہن کیوں پھسلدا ہے یہ تو میری مایا رچی ہوئی سی اینو چنگی طرح دیکھ اے ہار پاؤن والی کون ہے یہ تو میری لکشمی ہے کینوں راج کنیا بنا کے میں تیرے سامنے لیاں دا اور تو ماں تے ہی بھرم کیوں نارد نے آخیا پاویں کچھ بھی ہے تو مینو بڑا شرمندہ کیتا ہے میں ہوں شراپ دیا گا تینو بھگوان نے آخیا شراپ بھی چک دے پر اگوں مان نہ کریں میں شراپ تیرا لے لواں گا اور بھگت بھی لاگا بے شک دے شراپ پر تیرے اندر مان دا بوٹا پٹیا گیا سانو یہ خوشی ہے مڑ کے من کی گل نہ کریں کیوں ہر جی ہنکار نہ بھاوئی بےد کوک سنا وے نارد نے شراپ دتا آج تو مینو لجت کیتا بھری سبا کوئی دن آوے گا تو بھی اسی طرح ہی شرمندہ ہوئے گا تیرے کولوں جنانی خسے گی اور مگر روندا پھرے گا آخیا منظور ہے جد میں رام بنا گا تو سیتا نو رام لے جائے گا میں رو لاں گا تائی سہوا دل روے رام نکالا پیا مورکھ جانتے نے بھائی وہ الپگ سن اگیانی سن تار رنے سن نہیں تو وہ نرد دا شراب پہ پگاندے سن اس واسطے رنے سن تے پھر نارد نے نال اے بھی آکھیا آ جو تو مینو باندر دا منہ لایا نا تو چیتے رکھی جس ویلے تو رویں گا کوئی تیری سہایتا نہیں کرے گا میرے ورگے منہ والے تیری سہایتا کرن گے باندر تیری سہایتا کرن گے تا تینوں سیتا ملے گی آکھیا منظور ہے پر تو تا مان نہیں کرے گا نا کیونکہ مان نہ کیجے صاحب مان نہ کیجے ارن پریجے کلے کرے تو بھلا منائیے گن میتا جیو پنڈ سب تن ار پیجے ایوں درسن ہر جیو پائیے مان دا بڑا پردا ہے جی اگے آ جاوے اس واسطے صاحب مایا نالو وی مان نو برا کہندے کہ مایا تج گیا کیا بنیا وہ بھی غریب ہن جنہاں نو مایا نرنکار نے دتری نہیں پھر بڑے سنت او ہوئے کیا مایا تجی تو کیا بھیا مان تجیا نہیں جائے مان منی من ورگلے تو مان نو مارن واسطے آخیا روڑا ہو رو بات کا ٹبا نہ بن کے رہو اے تو ٹبے لہا روڑا بن گیا اجے رب نہیں ملیا رب کیویں ملے جو کوئی لنگدا ہے اودے پیراں نو چبنا اجے ایہو جیاں گلاں تیرے منہ نکل دیاں جو دوجے دا اندر سار دیاں رب نہیں مل سکدا کیویں ملے اکھے روڑا نہ رہو پر روڑا پس گیا مٹی بن گئی خاک ہو گئی آخیا رب اجے بھی نہیں ملے آخی اجے کیویں ملے اجے بھی ہومے دی انت کھڑی ہے جس ویلے کوئی پیراں نال تیرے اتوں لتاڑ کے لنگدا ہے تو اڑ کے اودے سر وچ پینی ہے تو کھے ہوئی تو کیا بھیا جو اڑ لگ گئے انگ پھر میں کی بنا ملنے واسطے اکے ہر جن ایسا چاہیے جیو پانی سرونگ تو مٹی محل بن کے لوکاں نوں نہ لگ تو پانی بن کے محل نوں دھو ہن جی میں پانی بن گیا اجے بھی مینوں رب نہیں ملیا کہ پانی سوا تو کیا بھیا جو سیرا تاتا ہو اجے بھی ٹھنڈا تتا سبھا تیرا قائم ہے جرا دپے رکھیے تو تپ گیا جرا کنی کسی نے گل آتی تے بھوکا ہو گیا ان تا رب نہیں ملتا رب ہے تیرے اندر پر اے اسے پردے پے ہوئے ہیں انہاں پردیاں نوں لہا اے آخرلا پردہ ہے جے اتر جائے گا تو رب تیرے کول وستا پانی ہوا تو کیا بھیا جو سیرا تاتا ہوئے ہر جن ایسا چاہیے جیسا ہر کوئی اپنے ہری ورگا ہو سکھا جے تو کچھ لینا گرو نانک ورگا ہو جا میں گرو نانک کیوں بن سکتا آخیا گرو نانک دا ہو جا وہ تینوں اپنی بکل وچ لے لے گا تینوں اپنا روپ کر لے گا لینا گرو نانک بنیا سی کہ نہیں ساتھ بولو سری کہ جو سنگت دا رس ہے سہواسن کیا جنگل چونڈی جائے اور جنگل چ بچکن والے آ کدھر پیا جانا سنگت ہے گرو کی کیا سونی سوامنی تھا ہے
ਤੂੰ ਜੱਟ ਬਵੇਗਾ ਤੈਨੂੰ ਚੇਤੇ ਆਏਗਾ ਸ੍ਰੀ ਵਾਹ ਬਸ ਨਾਮ ਜਿੱਥੇ ਚੇਤੇ ਆ ਜਾਏ ਉਹੀ ਸੰਗਤ ਹੈ ਰੱਬ ਤੇਰੇ ਕੋਲ ਵਸੂਦਾ